ਹੈਲੋ ਦੋਸਤੋ ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਕੋਆਪਰੇਟਿਵ ਬੈਂਕ ਅੰਦਰਾ 852 ਪੋਸਟਾ ਨੂੰ ਸੋਹੀਆਂ ਨੇ ਜਿਨ੍ਹਾਂ ਦੇ ਆਨਲਾਈਨ ਫਾਰਮ ਚੱਲ ਰਹੇ ਨੇ। ਬਹੁਤ ਸਾਰੇ ਦੋਸਤਾਂ ਨੂੰ ਜੋ ਫਾਰਮ ਅਪਲਾਈ ਕਰਨ ਰਿਲੇਟਡ ਬਹੁਤ ਸਾਰੀਆਂ ਜੋ ਪ੍ਰੋਬਲਮਜ਼ ਆ ਰਹੀਆਂ ਨੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਪ੍ਰੋਬਲਮਜ਼ ਨੂੰ ਡਿਸਕਸ ਕਰਾਂਗੇ ਤੇ ਉਹਨਾਂ ਦੇ ਸੋਲੂਸ਼ਨ ਬਾਰੇ ਜਾਣਾਂਗੇ। ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ। ਇਦੇ ਨਾਲ ਹੀ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਾਂ ਤੇ ਜੋ ਤੁਹਾਨੂੰ ਨੀਚੇ ਰੈੱਡ ਬਟਨ ਦਿਖਾਈ ਦੇ ਰਿਹਾ ਉਸ ਨੂੰ ਪ੍ਰੈਸ ਕਰਕੇ ਚਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਜੋ ਬਹੁਤ ਸਾਰੇ ਦੋਸਤਾਂ ਨੂੰ ਜੋ ਫੋਟੋ ਐਂਡ ਸਿਗਨੇਚਰ ਅਪਲੋਡ ਕਰਨ ਨਾਲ ਰਿਲੇਟਡ ਜੋ ਪ੍ਰੋਬਲਮਜ਼ ਆ ਰਹੀਆਂ ਨੇ ਤਾਂ ਹੁਣ ਤੁਹਾਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਜੋ ਫੋਟੋ ਐਂਡ ਸਿਗਨੇਚਰ ਦਾ ਸਾਈਜ਼ ਕਿਸ ਤ दोस्तों पेंट ओपन करना है एंड पेंट में अपनी फोटो जो ओपन कर लेनी है तुसी होम ते क्लिक करना है एंड रिसाई पर क्लिक करना है रिसाई से क्लिक बाद उस तो बाद तुसी पिकसल सिलेक्ट कर लेने ने ठीक है जी क्योंकि जो साइज मंगया गया है तीन सौ बाई तीन सौ पैक्सल मंगया गया है उसद तो नीचे डिसलैक्ट कर लेना है एंड इतन सौ एंड नीचे भी तीन सौ ठीक है जी यानी कि जो ਹਾਈਟ ਐਂਡ ਦਾ ਵਿੱਡਥ ਆਪਣੀ 200x300 ਰਹੇਗੀ ਉਸ ਤੋਂ ਬਾਅਦ ਆਪਾਂ ਓਕੇ ਤੇ ਕਲਿੱਕ ਕਰ ਦੇਣਾ ਹੈ ਇਸ ਤਰ੍ਹਾਂ ਜੋ ਤੁਹਾਡਾ ਫੋਟੋ ਦਾ ਸਾਈਜ਼ ਸੈੱਟ ਹੋ ਜਾਣਾ ਹੈ ਉਸ ਤੋਂ ਬਾਅਦ ਇਸ ਨੂੰ ਸੇਵ ਕਰ ਲੈਣਾ ਹੈ ਇਸੇ ਤਰ੍ਹਾਂ ਦੋਸਤੋ ਜੋ ਆਪਣੇ ਸਿਗਨੇਚਰ ਵੀ ਇਸ ਵਿੱਚ ਓਪਨ ਕਰ ਲੈਣੇ ਨੇ ਪੇਂਟ ਵਿੱਚ ਠੀਕ ਹੈ ਜੋ ਇਸ ਦਾ ਸਾਈਜ਼ ਹੀ ਰਹੇਗਾ ਫਿਰ ਆਪਾਂ ਇਸ ਸਾਈਜ਼ ਤੇ ਕਲਿੱਕ ਕਰਾਂਗੇ ਐਂਡ ਉਸ ਤੋਂ ਬਾਅਦ ਆਪਾਂ ਐਕਸਲ ਸਿਲੈਕਟ ਕਰਾਂਗੇ ਐਂਡ ਨੀਚੇ ਡਿਸ ਸਿਲੈਕਟ ਕਰ ਲੈਣਾ ਹੈ ਐਂਡ ਉੱਪਰ ਤੁਸੀਂ ਜੋ 300 ਸਿਲੈਕਟ ਕਰਨਾ ਹੈ ਐਂਡ ਹੇਠੇ 90 ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰ ਦੇਣਾ ਹੈ ਇਸ ਤਰ੍ਹਾਂ ਜੋ ਤੁਹਾਡੇ ਸਿਗਨੇਚਰ ਦਾ ਸਾਈਜ਼ ਵੀ ਓਕੇ ਹੋ ਜਾਣਾ ਇਸ ਨੂੰ ਵੀ ਤੁਸੀਂ ਸੇਵ ਕਰ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੇ ਸਿਗਨੇਚਰ ਐਂਡ ਫੋਟੋ ਅਪਲੋਡ ਕਰਨੇ ਨੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਠੀਕ ਹੈ ਜੀ ਤੁਹਾਡੇ ਜੋ ਸਕਸੈਸਫੁਲ ਹੋ ਜਾਣੇ ਨੇ ਸਿਗਨੇਚਰ ਐਂਡ ਫੋਟੋ ਉਸ ਤੋਂ ਬਾਅਦ ਦੋਸਤੋ ਗੱਲ ਕਰਦੇ ਆਪਾਂ ਜੋ ਬਹੁਤ ਸਾਰੇ ਦੋਸਤਾਂ ਦੇ ਜੋ ਕਮੈਂਟ ਆਏ ਸੀ ਕਿ ਉਹਨਾਂ ਦੀ ਦੋ ਵਾਰ ਫੀਸ ਕੱਟ ਹੋ ਗਈ ਬਟ ਫੇਲਡ ਹੋ ਗਈ ਤਾਂ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਤੁਹਾਨੂੰ ਉੱਪਰ ਹੀ ਇੱਕ ਠੀਕ ਹੈ ਰਾਈਟ ਸਾਈਡ ਮੇਲ ਮੇਲ ਜਾਣੀ ਹੈ ਤੁਸੀਂ ਇੱਥੇ ਮੇਲ ਕਰ ਦੇਣੀ ਹੈ ਦੋ ਤਿੰਨ ਵਾਰ helpdesk.pscb@gmail.com ਠੀਕ ਹੈ ਇਹ ਤੁਸੀਂ ਆਪਣਾ ਜੋ ਰਜਿਸਟ੍ਰੇਸ਼ਨ ਨੰਬਰ ਐਂਡ ਪਾਸਵਰਡ ਲਿਖ ਕੇ ਠੀਕ ਹੈ ਇਹ ਆਪਣੀ ਪੂਰੀ ਪ੍ਰੋਬਲਮ ਤੁਸੀਂ ਲਿਖ ਦੇਣੀ ਹੈ ਦੋ ਤਿੰਨ ਵਾਰ ਮੇਲ ਜ਼ਰੂਰ ਕਰ ਦੇਣੀ ਹੈ ਜੋ ਇਸ ਤਰ੍ਹਾਂ ਫੀਸ ਕੱਟੀ ਜਾਂਦੀ ਹੈ ਲਗਭਗ ਜੋ ਹਫਤੇ ਅੰਦਰ ਜੋ ਰਿਫੰਡ ਹੋ ਹੀ ਜਾਂਦੀ ਹੈ ਠੀਕ ਹੈ ਜੀ ਇਸ ਤੋਂ ਲਾ ਬਾ ਦੋਸਤੋ ਜੇਕਰ ਤੁਹਾਡੀ ਫੀਸ ਇੱਕ ਵਾਰ ਕੱਟੇ ਜਾਣ ਤੋਂ ਬਾਅਦ ਠੀਕ ਹੈ ਜੀ ਸਕਸੈਸਫੁਲ ਨਹੀਂ ਸ਼ੋ ਕਰਦੀ ਤਾਂ ਤੁਸੀਂ ਉਸ ਨੂੰ ਦੁਬਾਰਾ ਅਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨਾ ਠੀਕ ਹੈ ਜੀ ਥੋੜੀ ਵੇਟ ਕਰ ਲੈਣੀ ਹੈ ਕਿਉਂਕਿ ਹਜੇ ਕਾਫੀ ਦਿਨ ਪਏ ਨੇ ਜਲਦਬਾਜ਼ੀ ਬਿਲਕੁਲ ਨਹੀਂ ਕਰਨੀ ਨੈਕਸਟ ਗੱਲ ਕਰਦੇ ਹਾਂ ਦੋਸਤੋ ਜੋ ਦੋਸਤੋ ਕਲਰਕ ਲਈ ਅਪਲਾਈ ਕਰ ਰਹੇ ਨੇ ਤੇ ਉਹਨਾਂ ਦੇ ਜੋ ਕਮੈਂਟ ਆ ਰਹੇ ਨੇ ਕਿ ਮਨ ਜੋ ਕੰਪਿਊਟਰ ਡਿਟੇਲ ਭਰਨੀ ਜ਼ਰੂਰੀ ਹੈ ਕਿ ਨਹੀਂ ਤਾਂ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਜੇਕਰ ਤੁਹਾਡੇ ਕੋਲੇ ਕੰਪਿਊਟਰ ਸਰਟੀਫਿਕੇਟ ਅਵੇਲੇਬਲ ਹੈਗਾ ਫਾਰਮ ਭਰਨ ਸਮੇਂ ਠੀਕ ਹੈ ਜੀ ਤਾਂ ਤੁਸੀਂ ਐਨੀ ਅਦਰ ਕੁਆਲੀਫਿਕੇਸ਼ਨ ਸਿਲੈਕਟ ਕਰਕੇ ਤੇ ਇੱਥੇ ਕੰਪਿਊਟਰ ਦੀ ਡਿਟੇਲ ਭਰ ਸਕਦੇ ਹੋ ਠੀਕ ਹੈ ਜੀ ਅਦਰਵਾਇਜ਼ ਕੋਈ ਇਸ ਦਾ ਇਸ਼ੂ ਨਹੀਂ ਠੀਕ ਹੈ ਜੀ ਮੈਨ ਤੁਹਾਡੇ ਜੋ میٹرਿਕ ਪਲੱਸ 2 ਐਂਡ ਗ੍ਰੈਜੂਏਸ਼ਨ ਇਹ ਤੁਹਾਡੀ ਕੁਆਲੀਫਿਕੇਸ਼ਨ ਭਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਜੋ ਬਹੁਤ ਸਾਰੇ ਦੋਸਤਾਂ ਦੇ ਜੋ ਕੁਐਸਚਨ ਆ ਰਹੇ ਆ ਕਿ ਇੱਕ ਫਾਰਮ ਵਿੱਚ ਹੀ ਆਪਾਂ ਦੋ ਪੋਸਟ ਅਪਲਾਈ ਕਰ ਸਕਦੇ ਹਾਂ ਤਾਂ ਦੋਸਤੋ ਆਪਾਂ ਇੱਕ ਰਜਿਸਟ੍ਰੇਸ਼ਨ ਨੰਬਰ ਵਿੱਚ ਹੀ ਠੀਕ ਹੈ ਦੋ ਪੋਸਟ ਅਪਲਾਈ ਕਰਨੀਆਂ ਜਿਵੇਂ ਕਿ ਜੇਕਰ ਤੁਸੀਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਂਡ ਮੈਨੇਜਰ ਲਈ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਫਾਰਮ ਵਿੱਚ ਹੀ ਅਪਲਾਈ ਕਰਨਾ ਹੈ ਠੀਕ ਹੈ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਹੋਣੀ ਤੁਹਾਡੀ ਤਾਂ ਤੁਸੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੇ क्लर्क कम डाटा इंटरीपरेटर की पोस्ट अपलाई की है तो आप फिर तो दोबारा ठीक है जी जेकर आप मैनेजर की पोस्ट अपलाई करना तो आप अपलाई ए पोस्ट से क्लिक कर लेना है एंड इतनी ठीक है मैनेजर की पोस्ट सिलेक्ट कर लेनी है क्योंकि असी पहला जो क्लर्क कम डाटा इंटरीपरे की पोस्ट अपलाई की इतों अपनी कैटेगरी चूज करनी है ठीक है जी एंड सब कैटेगरी भी इतनी बीसी है एंड फीस सो करनी है एंड उस तो बादन मोड सिलैक्ट कर लेना है and declaration and submit te click ٹھیک ہے یعنی کہ ਤੁਹਾਡੇ ਇੱਕ فارم ਵਿੱਚ ਹੀ ਤੁਹਾਨੂੰ ਦੋ ਫੀਸ ਪੇ ਕਰਨੀ ਪਵੇਗੀ ਜੇਕਰ ਤੁਸੀਂ ਦੋ ਪੋਸਟਾਂ ਲਈ ਅਪਲਾਈ ਕਰ ਰਹੇ ਹੋ ਜਿਵੇਂ ਕਿ ਕਲਰਕ ਐਂਡ ਮੈਨੇਜਰ ਪੋਸਟ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੀ ਦੋ ਵਾਰ ਫੀਸ ਕੱਟ ਹੋਣੀ ਹੈ ਉਸ ਤੋਂ ਬਾਅਦ ਤੁਸੀਂ ਲੋਕ ਐਂਡ ਪ੍ਰਸੀਡ ਪੇਮੈਂਟ ਤੇ ਕਲਿੱਕ ਕਰਨਾ ਹੈ ਜੋ ਨੈਕਸਟ ਸਟੈਪ ਆਪਣੇ ਜੋ ਫੀਸ ਦਾ ਰਹਿੰਦਾ ਹੈ ਠੀਕ ਹੈ ਜੋ ਫੀਸ ਆ ਰਿਲੇਟਡ ਬਹੁਤ ਸਾਰੀ ਜੋ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਬਹੁਤ ਸਾਰੇ ਦੋਸਤ ਕਹਿ ਰਹੇ ਨੇ ਕਿ ਸਾਡਾ 에ਰਰ ਆ ਰਿਹਾ ਹੈ ਸਾਡੀ ਫੀਸ ਸਬਮਿਟ ਨਹੀਂ ਹੋ ਰਹੀ ਤਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਜੋ ਰੀਜਨ ਆ ਰਹੇ ਨੇ ਸਭ ਤੋਂ ਪਹਿਲਾਂ ਜੋ ਆਪਣੇ ਪੇਮੈਂਟ ਮੈਥਡ ਨੇ ਠੀਕ ਹੈ ਜੀ ਤੁਹਾਡੇ ਜੋ HDFC ਬੈਂਕ ਦਾ ਕ੍ਰੈਡਿਟ ਕਾਰਡ ਹੋਵੇ ਡੈਬਿਟ ਕਾਰਡ ਹੋਵੇ ਜਾਂ ਅਦਰ ਬੈਂਕ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਾਂ ਤੁਸੀਂ ਨੈਟ ਬੈਂਕਿੰਗ ਰਾਹੀਂ ਕਰ ਸਕਦੇ ਹੋ ਤਾਂ ਦੋਸਤੋ ਇੱਥੇ ਫੀਸ ਜੋ ਪੇ ਕਰਨ ਸਮੇਂ ਤੁਸੀਂ ਜਲਦਬਾਜ਼ੀ ਜੀ ਬਿਲਕੁਲ ਨਹੀਂ ਕਰਨ ਆਪਣੀ ਫੀਸ ਕਰਦੇ ਹਾਂ ਠੀਕ ਹੈ ਜੀ ਡੈਬਿਟ ਕਾਰਡ ਸਿਲੈਕਟ ਕਰਦੇ ਹਾਂ ਓਟੀਪੀ ਭਰਦੇ ਹਾਂ ਤਾਂ ਉਸ ਤੋਂ ਬਾਅਦ ਤੁਹਾਨੂੰ ਉੱਪਰ ਇੱਕ ਕੰਟੀਨਿਊ ਐਂਡ ਕੈਨਸਲ ਦੀ অপਸ਼ਨ ਆ ਜਾਂਦੀ ਹੈ ਤੇ ਤੁਸੀਂ ਕੰਟੀਨਿਊ ਤੇ ਕਲਿੱਕ ਕਰਨਾ ਹੈ ਠੀਕ ਹੈ ਜੀ ਬਹੁਤ ਸਾਰੇ ਦੋਸਤ ਜੋ ਕੈਨਸਲ ਤੇ ਕਲਿੱਕ ਕਰ ਦਿੰਨੇ ਨੇ ਇਸ ਤਰ੍ਹਾਂ ਜੋ ਤੁਹਾਡੀ ਫੀਸ ਤੁਹਾਡੇ ਜੋ ਅਕਾਊਂਟ ਚੋਂ ਕੱਟ ਹੋ ਜਾਂਦੀ ਹੈ ਬਟ ਫੇਲਡ ਸ਼ੋ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਕੰਟੀਨਿਊ ਤੇ ਕਲਿੱਕ ਕਰਨਾ ਹੈ ਐਂਡ ਦੋਸਤੋ ਕਈ ਵਾਰ ਹੁੰਦਾ ਕਿ ਆਪਾਂ ਜੋ ਕ੍ਰੈਡਿਟ ਕਾਰਡ ਸਿਲੈਕਟ ਕਰ ਲੈਨੇ ਤੇ ਉਸ ਵਿੱਚ ਜੋ ਡੈਬਿਟ ਕਾਰਡ ਦੀ ਡਿਟੇਲ ਭਰੀ ਜਾਂਦੀ ਹੈ ਤਾਂ ਉਹ ਵੀ ਆਪਾਂ ਨੂੰ 에ਰਰ ਸ਼ੋ ਕਰ ਲੱਗ ਜਾਂਦਾ ਹੈ ਠੀਕ ਹੈ ਜੀ ਤਾਂ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਸਿਲੈਕਟ ਕਰ ਰਹੇ ਹੋ ਜਾਂ ਡੈਬਿਟ ਕਾਰਡ ਉਸ ਤੋਂ ਬਾਅਦ ਜੇਕਰ ਤੁਸੀਂ ਅਦਰ ਬੈਂਕ ਦੇ ਡੈਬਿਟ ਕਾਰਡ ਟਰਾਈ ਕਰ ਲੈਨੇ ਆ ਠੀਕ ਹੈ ਜੀ ਤਾਂ ਤੁਹਾਨੂੰ ਜੋ ਲੱਗ ਤੋਂ ਜੋ ਕਾਰਡ ਸ਼ੋ ਕਰਨਗੇ ਠੀਕ ਹੈ ਜੀ ਵਿਜ਼ਾ ਐਂਡ ਰੂਪੇ ਠੀਕ ਹੈ ਇਹ ਮਾਸ ਕਾਰਡ ਤਾਂ ਇੱਥੇ ਤੁਸੀਂ ਸਿਲੈਕਟ ਕਰਨਾ ਹੋਵੇਗਾ ਕਾਰਡ ਤੇ ਸਾਡੇ ਵੱਲੋਂ ਜੋ ਪੇਮੈਂਟ ਅਸੀਂ ਕਰ ਰਹੀਆਂ ਠੀਕ ਹੈ ਜੀ ਉਹ ਸਾਡੇ ਕੋਲ ਪੀਐਨਬੀ ਦਾ ਰੂਪੇ ਕਾਰਡ ਹੈ ਤੇ ਸਾਡੇ ਕੋਲ ਹਲੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਜੇਕਰ ਦੋਸਤੋ ਤੁਹਾਨੂੰ ਜੋ ਆਪਣਾ ਕਾਰਡ ਡੈਬਿਟ ਕਾਰਡ ਦੀ ਡਿਟੇਲ ਭਰਨ ਤੋਂ ਬਾਅਦ ਵੀ ਫਿਰ ਤੁਹਾਡਾ 에ਰਰ ਆ ਰਿਹਾ ਹੈ ਤਾਂ ਤੁਸੀਂ ਡੈਬਿਟ ਕਾਰਡ ਚੇਂਜ ਕਰਕੇ ਦੇਖ ਲੈਣਾ ਠੀਕ ਹੈ ਜੀ ਕਿਉਂਕਿ ਹਰ ਘਰ ਵਿੱਚ ਦੋ ਜਾਂ ਚਾਰ ਡੈਬਿਟ ਕਾਰਡ ਹੁੰਦੇ ਹੀ ਨਹੀਂ ਕਈ ਵਾਰ ਹੁੰਦਾ ਹੈ ਕਿ ਜੋ ਆਪਣਾ ਡੈਬਿਟ ਕਾਰਡ ਹੁੰਦਾ ਹੈ ਉਸ ਤੇ ਜਾਂ ਲਿਮਟ ਲੱਗੀ ਹੋਈ ਹੈ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਜੋ ਡੈਬਿਟ ਕਾਰਡ ਚੇਂਜ ਕਰਕੇ ਆਪਣੀ ਫੀਸ ਅਪਲਾਈ ਕਰਕੇ ਦੇਖਣੀ ਹੈ ਠੀਕ ਹੈ ਜੀ ਫੀਸ ਸਕਸੈਸਫੁਲ ਹੋਣ ਤੋਂ ਬਾਅਦ ਦੋਸਤੋ ਤੁਹਾਨੂੰ ਇਸ ਤਰ੍ਹਾਂ ਦਾ ਜੋ ਪ੍ਰਿੰਟਸ ਹੋ ਕਰੇਗਾ ਇਸ ਦਾ ਤੁਸੀਂ ਪ੍ਰਿੰਟ ਲੈ ਲੈਣੇ ਜਾਂ ਫਿਰ ਸਕਰੀਨਸ਼ਾਟ ਲੈ ਲੈਣੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਤੁਹਾਡੀ ਫੀਸ ਦਾ ਪੇਮੈਂਟ ਸਟੇਟਸ ਸਕਸੈਸ ਹੋ ਕਰੇਗਾ ਠੀਕ ਹੈ ਜੀ ਐਂਡ ਹੋ ਸਕਦਾ ਹੈ ਜੋ ਤੁਹਾਡਾ ਫਾਰਮ ਰਹਿਗਾ ਉਸ ਵਿੱਚ ਫੀਸ ਪੈਂਡਿੰਗ ਸ਼ੋ ਕਰੇ ਠੀਕ ਹੈ ਜੋ ਲਗਭਗ 48 72 ਘੰਟਿਆਂ ਵਿੱਚ ਫੀਸ ਤੁਹਾਡੀ ਵੈਰੀਫਾਈ ਹੋ ਜਾਣੀ ਹੈ ਤੇ ਫਾਈਨਲੀ ਤੁਸੀਂ ਉਸ ਦਾ ਪ੍ਰਿੰਟ ਲੈ ਲੈਣਾ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਮਨ ਅੰਦਰ ਹੋਰ ਵੀ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਪੁੱਛਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ